गुरु साहिब जीओ दिलों मोहब्बत जिन सही सचया जिन मन होर मुख होर से कांडे कच्चिया रते इश्क खुदाए रंग दीदार के विसरिया जिन नाम से पोए पारथिए आप लिए लड़ लाए दर दरवेश से तिन तन जनेंदी माओ आए सफल से परवदगार अपार अगम बेअंत तू जिन्ही पछाता सच चुम्मा पैर मू तेरी पनह है खुदाए तू बख्शंदगी शेख फरीदे खैर दीजै बंदगी वाहिगुरु जी का खालसा वाहिगुरु जी की फतेह। तन दीन दुनिया के मालक गुरु ग्रंथ साहब सच्चे पातशाह जियां दी पावन ते पवित्र बारगाह अंदर जुड़ मिल बैठे रब दे प्यारियो अपने जीवन की इस स्वासा रूपी माला के मणकियां नूं तुसी सफल करन वास्ते किसी तत बेते दे अस्थान ते आए हो। याद रखियो इदों गाड़ी कुछ भी नहीं, जिन्हों पंजाबी की कहावत कहिंदे ने ना मक्के तो गाड़ी जाड़ है, तत बेतियां दे अस्थान तो गाड़ी ते त्रिलोकी दे मालक गुरु ग्रंथ साहिब सच्चे पातशाह तो अगे कुछ भी नहीं। गुरु के सिखो जिन्हों आप कह लिए ये राजियां दा राजा है, हुण राजियां दे राजे कोल आ करके मंगना किवें है, तुहाडी बिरती किवें बने, तुहाडे अंदर सहज अवस्था किवें प्राप्त होवे, उहदा जतन महापुरशां ने 4 बजे तो आरंभ किया। वैसे तो अखंड पाठ का प्रवाह चलता है, 4 बजे तो रब दे प्यारियां ने तुहानू वाहिगुरु सिमरन दे नाल जोड़िया है, उहदे तो बाद रागी गुरु के सिखां ने तुहानू परमात्मा दे नाम नाल जोड़िया है, महापुरशां ने तुहानू अनहद बचन सुनाए ने। हुण गल ए है भी एडा वड्डा खजाना 4 बजे तो इकट्ठा होया, इहनू सांभिया किवें जावे। गुरबाणी तां कहिंदी किणका एक जिस जीव बसावे तां की महिमा गणी नावे। एक भी गल अंदर परमात्मा की कर करगी मनुख का जमण ते मरण का गेड़ा पार हो जाता है। मैं कार सेवा के निजम अनुसार हाजरी लवावां, बेनती करा जेडे टाणियां बना करके 4 उत्थे खलोते ने उन्होंने बेनती है वो गुरु के दरबार में आओ, अपने जीवन नू सफलिया करो। मैं तुहानू पहला भी कह दिता इदों गाड़ी कुछ भी नहीं, नाम तो बगैर कुछ भी नहीं। सिमरत वेद पुराण पुकारन पोथियां नाम बिना सब कूड़ा गल ही उचिया। सत नाम वाहे गुरु, सत नाम वाहे गुरु, सत नाम वाहे गुरु, सत नाम वाहे गुरु, एक बच्चा धर्मशाला विचों दीवा जगा के तुरिया आता तो कोई तत बेता महात्मा मिल गया बाबा तारा सिंह वर्गा।
ਉਹਨੇ ਤੁਰੇ ਆਉਂਦੇ ਬੱਚੇ ਨੂੰ ਪੁੱਛਿਆ, ਪੁੱਤਰਾ ਪ੍ਰਕਾਸ਼ ਕਿੱਥੋਂ ਆਇਆ ਹੈ? ਬੱਚੇ ਨੇ ਆਖਿਆ, ਸੰਤ ਜੀ, ਆਦਿਵਾਸੀ ਲੋਕ ਸਨ, ਪੱਥਰ ਤੇ ਪੱਥਰ ਨੂੰ ਕਸਾ ਕਰਕੇ ਅੱਗ ਕੱਢਦੇ ਸਨ। ਮਸੀ ਦਿਨੀ ਸ਼ਾਮ ਤੱਕ ਪੱਥਰ ਗਰਮ ਹੁੰਦਾ ਸੀ। ਘਰ ਪ੍ਰਤੀ ਹਰ ਇੱਕ ਮਨੁੱਖ ਪੱਥਰ ਤੇ ਪੱਥਰ ਨੂੰ ਕਸਾਈ ਜਾਂਦਾ ਤੇ ਗਰਮ ਕਰਕੇ ਅੱਗ ਕੱਢਦਾ ਸੀ। ਸਿਆਣੇ ਲੋਕ ਇਕੱਠੇ ਹੋਏ, ਉਹਨਾਂ ਨੇ ਮਤਾ ਪਕਾਇਆ ਵੀ ਸਾਡੇ ਕੋਲ ਬੇਸ਼ੁਮਾਰ ਜੰਗਲ ਹੈ, ਜੰਗਲ ਨੂੰ ਕੱਟਿਆ ਜਾਏ, ਜੰਗਲ ਨੂੰ ਵੱਢ ਕਰਕੇ ਇਹਨੂੰ ਸੁਕਾਇਆ ਜਾਵੇ, ਫਿਰ ਇਹਨੂੰ ਧਰਮਸ਼ਾਲਾ 'ਚ ਰੱਖਿਆ ਜਾਵੇ ਅਤੇ ਧਰਮਸ਼ਾਲਾ ਵਿੱਚ ਇੱਕ ਵੇਰਾ ਪੱਥਰ ਗਰਮ ਕਰਕੇ ਅੱਗ ਬਾਲ ਲਈ ਜਾਵੇ। ਉਹਦੇ ਤੋਂ ਬਾਅਦਾਂ ਘਰ ਪ੍ਰਤੀ ਇੱਕ ਮਨੁੱਖ ਦੀ ਡਿਊਟੀ ਲਾ ਦਿੱਤੀ ਜਾਵੇ, ਲੱਕੜ 'ਤੇ ਲੱਕੜ ਨੂੰ ਰੱਖੀ ਚੱਲੇ। ਸਾਰਾ ਸ਼ਹਿਰ ਸੰਤਾਂ ਉੱਥੋਂ ਅੱਗ ਲੈ ਕੇ ਆਉਂਦਾ ਜੀ, ਮੰਮੀ ਪ੍ਰਕਾਸ਼ ਉੱਥੋਂ ਲੈ ਕੇ ਆਇਆ ਹੈ। ਦੂਜੀ ਵੇਰਾ ਸੰਤ ਨੇ ਪੁੱਛਿਆ, ਪੁੱਤਰਾ ਪ੍ਰਕਾਸ਼ ਕਿੱਥੋਂ ਆਇਆ? ਉਹਨੇ ਆਖਿਆ, ਬਾਬਾ ਧਰਮਸ਼ਾਲਾ 'ਚੋਂ। ਜਦੋਂ ਤੀਜੀ ਵੇਰਾ ਪੁੱਛਿਆ, ਪੁੱਤਰਾ ਪ੍ਰਕਾਸ਼ ਕਿੱਥੋਂ ਆਇਆ? ਕਹਿੰਦੇ, ਬੱਚੇ ਨੇ ਪੱਲੂ ਮਾਰ ਕਰਕੇ ਦੀਵਾ ਬੁਝਾ ਦਿੱਤਾ, ਬਾਬਾ ਮੈਨੂੰ ਨਹੀਂ ਪਤਾ ਪ੍ਰਕਾਸ਼ ਕਿੱਥੋਂ ਆਇਆ, ਪਰ ਤੂੰ ਦੱਸ ਪ੍ਰਕਾਸ਼ ਗਿਆ ਕਿੱਥੇ ਹੈ? ਬਿਣ ਗਾਹਕ ਗੁਣ ਵਿੱਚ ਹੀ ਹੈ, ਤੋ ਗੁਣ ਸਹਿਗੁ ਜਾਏ। ਸੰਤ ਨੇ ਵੇਖਿਆ ਬੱਚਾ ਕਲਾਵੇ 'ਚ ਲੈਣ ਵਾਲਾ ਹੈ, ਬੱਚੇ ਨੂੰ ਸਿੱਖਿਆ ਦੇਣ ਵਾਲੀ ਹੈ। ਹੁਣ ਤਾਂ ਬਦਕਿਸਮਤੀ ਹੈ, ਮਾਵਾਂ ਲਾਗੇ ਹੱਸੀ ਜਾਂਦੀਆਂ, ਸਾਡਾ ਬੱਚਾ ਖੇਡਦਾ ਹੈ, ਇਹ ਨਹੀਂ ਪਤਾ ਜਿੱਥੇ ਖੇਡਦਾ ਹੈ ਇਹ ਖੇਡਣ ਵਾਲੀ ਜਗ੍ਹਾ ਨਹੀਂ, ਜਿੱਥੇ ਇਹ ਪਕਾਨੇ ਫਲਾਉਂਦਾ ਇਹ ਪਕਾਨੇ ਫਲਾਉਣ ਵਾਲੀ ਜਗ੍ਹਾ ਨਹੀਂ, ਇਹ ਉਹ ਜਗ੍ਹਾ ਹੈ ਜੇ ਕਿਤੇ ਬੱਚੇ ਦਾ ਤੁਹਾਡੀ ਗੋਦੀ 'ਚ ਚੌਂਕੜਾ ਵੱਜ ਗਿਆ, ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਤੁਹਾਡੇ ਬੱਚੇ ਦਾ ਚੌਂਕੜਾ ਲੱਗ ਗਿਆ, ਤੁਹਾਡਾ ਬੱਚਾ ਨਾਮ ਨਾਲ ਜੁੜ ਗਿਆ, ਗੁਰੂ ਕੇ ਸਿੱਖੋ, ਰੱਬ ਆਪ ਆਉਂਦਾ ਰੱਬ ਆਪ, ਪਰ ਉਹਦੇ ਵਾਸਤੇ ਤੁਹਾਨੂੰ ਮਨ ਟਿਕਾਉਣਾ ਪਵੇਗਾ, ਤੁਹਾਨੂੰ ਬਿਰਤੀ ਇੱਕ ਕਰਨੀ ਪਵੇਗੀ ਉਸ ਬੱਚੇ ਦੀ ਤਰ੍ਹਾਂ। ਬਾਬਾ ਮੈਨੂੰ ਨਹੀਂ ਪਤਾ ਪ੍ਰਕਾਸ਼ ਕਿੱਥੋਂ ਆਇਆ, ਪਰ ਤੂੰ ਦੱਸ ਪ੍ਰਕਾਸ਼ ਕਿੱਥੇ ਗਿਆ? ਬੱਚੇ ਨੂੰ ਕਲਾਵੇ ਵਿੱਚ ਲਿਆ ਸੰਤ ਬਾਬਾ ਤਾਰਾ ਸਿੰਘ ਵਰਗੇ ਰੱਬ ਦੇ ਪਿਆਰਿਆਂ ਨੇ। ਪੁੱਤਰਾ, ਅੱਗ ਅੰਗੀਠੀ 'ਚ ਬਾਲ ਦਿੱਤੀ ਜਾਵੇ, ਅੱਗ ਚੁੱਲ੍ਹੇ ਵਿੱਚ ਬਾਲ ਦਿੱਤੀ ਜਾਵੇ, ਅੱਗ ਉਤਾਂਹ ਨੂੰ ਜਾਂਦੀ ਹੈ। ਬੱਚਾ 12 ਸਾਲ ਦਾ ਪੁੱਛਦਾ, ਬਾਬਾ ਤਾਂ ਨੂੰ ਕਿਉਂ ਜਾਂਦੀ ਹੈ? ਪੁੱਤਰਾ, ਇਹਦਾ ਮੇਨ ਤੁਰਾ ਸੂਰਜ ਹੈ, ਜਿੰਨਾ ਚਿਰ ਤੱਕ ਅੱਗ ਸੂਰਜ ਵਿੱਚ ਅਭੇਦ ਨਹੀਂ ਹੁੰਦੀ ਇਹਨੂੰ ਸ਼ਾਂਤੀ ਨਹੀਂ ਆਉਂਦੀ। ਪਾਣੀ ਪਹਾੜ ਵਿੱਚੋਂ ਆਵੇ, ਪਾਣੀ ਨਦੀ ਵਿੱਚੋਂ ਆਵੇ, ਪਾਣੀ ਨਵਾਉਣ ਵਾਲੇ ਪਾਸੇ ਨੂੰ ਆਉਂਦਾ ਹੈ। ਸੰਤ ਜੀ, ਪਾਣੀ ਨਵਾਉਣ ਵਾਲੇ ਪਾਸੇ ਨੂੰ ਕਿਉਂ ਆਉਂਦਾ ਹੈ? ਪੁੱਤਰਾ, ਇਹਦਾ ਮੇਨ ਤੁਰਾ ਧਰਤੀ ਹੈ, ਜਿੰਨਾ ਚਿਰ ਤੱਕ ਪਾਣੀ ਧਰਤੀ 'ਤੇ ਨਹੀਂ ਆਉਂਦਾ ਇਹਨੂੰ ਟਕਾ ਨਹੀਂ ਆਉਂਦਾ। ਟਕਾ ਕਹੋ ਕਬੀਰ ਇਹੋ ਰਾਮ ਕੀ ਅੰਸ਼। ਪੁੱਤਰਾ, ਐਵੇਂ ਤੇਵੇਂ ਮਨੁੱਖੇ ਜਾਮੇ ਵਿੱਚ 83,09,999 ਜੂਨ ਦੇ ਗੇੜੇ ਦੇ ਵਿੱਚ ਇੱਕ ਆਤਮਾ ਤੁਰੀ ਫਿਰਦੀ ਹੈ। ਆਤਮਾ ਉਹਨਾਂ ਚਿਰ ਤੱਕ ਚੱਕਰ ਪੂਰਾ ਨਹੀਂ ਕਰਦੀ ਜਿੰਨਾ ਚਿਰ ਤੱਕ ਇਹ ਨਾਮ ਨਾਲ ਨਹੀਂ ਜੁੜਦੀ। ਜਦੋਂ ਨਾਮ ਨਾਲ ਜੁੜ ਜਾਂਦੀ ਹੈ, ਆਤਮਾ ਪਰਮਾਤਮਾ ਦੇ ਘਰ ਚਲੀ ਜਾਂਦੀ ਅਤੇ ਮਨੁੱਖ ਨੂੰ ਟਕਾ ਆ ਜਾਂਦਾ ਹੈ। ਟਕਾ ਕਿਵੇਂ ਆਵੇ? ਸਾਡੀ ਰੀੜ ਦੀ ਹੱਡੀ ਹੈ ਅਰਦਾਸ। ਅਰਦਾਸ ਸਾਡੀ ਕੀ ਹੈ? ਨਿਰੀ ਕੁੰਡੀ, ਮਾਲਕਾ ਮੈਂ ਆਇਆ ਮੈਨੂੰ ਦਏਗਾ ਕੀ? ਇੱਥੇ ਤਾਂ ਲੈਣ ਦੇਣ ਦਾ ਸੌਦਾ ਹੈ, ਸਾਰਾ ਮਨੁੱਖ ਲੈਣ ਦੇਣ 'ਤੇ ਹੋ ਗਿਆ। ਪਰ ਯਾਦ ਰੱਖਣਾ, ਜਿਹਦੇ ਘਰ ਵਿੱਚ ਤੁਸੀਂ ਬੈਠੇ ਹੋ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਕਹਿੰਦੇ ਮਾਲਕਾ ਮੈਂ ਤੂੰ ਤੂੰ ਕਰਦਾ ਤੇਰੇ ਵਿੱਚ ਅਭੇਦ ਹੋ ਗਿਆ। ਇਹਦੇ ਘਰ ਵਿੱਚ ਆਓਗੇ ਤਾਂ ਤੁਹਾਨੂੰ ਬੜਾ ਕੁਝ ਵੇਖਣਾ ਪਵੇਗਾ। ਸਾਨੂੰ ਸੰਤ ਜੀ ਇੱਕ ਦ੍ਰਿਸ਼ਟਾਂਤ ਪਾਉਂਦੇ ਸਨ, ਕਹਿੰਦੇ ਪੁੱਛਿਆ ਮਾਏ ਲਲਾਰੀ ਨੂੰ, ਵੀਰਾ ਇਸ ਦੀ 10 ਮਜ਼ੂਰੀ, ਪੈਸੇ 4 ਅਤੇ 4 ਘੜੀ, ਇੱਥੇ ਕੱਪੜੇ ਰਹਿਣ ਜ਼ਰੂਰੀ। 12-13 ਇਸਤਰੀਆਂ ਸ਼ਹਿਰ ਨੂੰ ਚਲੀਆਂ ਗਈਆਂ ਅਤੇ ਇਹਨਾਂ ਲਲਾਰੀ ਦੀ ਦੁਕਾਨ ਵੇਖੀ ਅਤੇ ਲਲਾਰੀ ਨੇ ਕਈ ਤਰ੍ਹਾਂ ਦੇ ਰੰਗ ਸੁੱਕਣੇ ਪਾਏ ਸਨ, ਤਤੜੀਆਂ ਅੱਖਾਂ ਦੇ ਮਗਰ ਲਾ ਕੇ, ਅਤੇ 13 ਦੀਆਂ 13 ਚਲੀਆਂ ਗਈਆਂ। ਲਲਾਰੀ ਨੂੰ ਪੁੱਛਦੀਆਂ, ਬਾਬਾ ਇਹਨਾਂ ਕੱਪੜੇ ਰੰਗਣ ਦੀ ਮਜ਼ਦੂਰੀ ਕੀ ਹੈ? ਬੜੇ ਰੰਗ ਡਾਢੇ ਕੀਤੇ ਨੇ, ਸਾਡੇ ਨੇਤਰਾਂ ਨੂੰ ਖਿੱਚ ਕੇ ਲੈ ਆਏ ਨੇ। ਉਹਨੇ ਗਾੜੀਓ ਆਖਿਆ, ਪੈਸੇ 4 ਅਤੇ 4 ਘੜੀ, ਇੱਥੇ ਕੱਪੜੇ ਰਹਿਣ ਜ਼ਰੂਰੀ। ਉਹਨਾਂ ਦੇ ਵਿੱਚੋਂ ਜਿਹੜੀ ਸਿਆਣੀ ਉਹ ਗੇਰੇ ਹੋ ਗਈ। ਉਹਨੇ ਆ ਕਰਕੇ ਪੁੱਛਿਆ, ਸਿਰ ਦਾ ਚੀਰ ਉਤਾਰ ਖਲੋਵਾਂ ਥੀਵੀਂ ਨੰਗੀ ਵਿੱਚ, ਬਜ਼ਾਰਾਂ ਪੇਕੇ ਸਹੁਰੇ ਮਿਲੇ ਨਾ ਢੋਈ, ਅਤੇ ਹਾਸਾ ਕਰਨ ਗਵਾਰਾ। ਉਹਨੇ ਲਲਾਰੀ ਨੂੰ ਪੁੱਛਿਆ, ਬਾਬਾ ਤੇਰਾ ਮਤਬਲ ਇਹ ਹੈ 4 ਦਮੜੇ ਲੱਗਣਗੇ, 4 ਘੜੀ ਕੱਪੜਾ ਸਾਡੇ ਕੋਲ ਰਹੇਗਾ, ਅਸੀਂ ਤਾਂ ਇੱਕੋ ਇੱਕ ਚੁੰਨੀ ਲੈ ਕੇ ਆਉਂਦੀ ਹੈ, ਜੇ ਇਹ ਵੀ ਚੁੰਨੀ ਤੈਨੂੰ ਦੇ ਦਿੱਤੀ ਸਾਡੇ ਸਿਰ ਦਾ ਚੀਰ ਲੱਜੇਗਾ। ਹੁਣ ਤਾਂ ਬਦਕਿਸਮਤੀ,
जाना होवे कुड़ी ने कनेडा ते ब्यूटी पार्लर जाके गुत मना के रख दिती। गुरु के सिखो पैर दी चोटी तो लै करके गुरु के सिखा ने सत्कार करना केसा दा। रब दे प्यारिया ने किसे ने बोल लिखे सन रखा संसार जा रब ना नभावा मैं, तू ही दस रबा किधर नू जावा मैं। जाना संसार नू ते रंगला बाजार है, सोने इथे लोग लैण देण दा वपार है। कहिंदे जांदा संसार नू ते रंगला बाजार है, सोने इथे लोग लैण देण दा वपार है। ना तेरी है ना मेरी है, टेंड च पाया काना सकी मासी दी धी ते गरकिया जमाना। गरकिया ए तां हावा पछम दी आई है, जाना सी कनेडा भैण भरा ना व्याई है। उथे आख्या देखिया सियाने मत देण परिवार नू, ओए अग लगे सत घर डैण छड़े अग लगे संसार नू। सत घर तां डैण छड़ देंदी है, ओ मासी दी कुड़ी कनेडा चली ते काके नू नाल घलना है। वेखिया सियाने मत देण परिवार नू, सत घर डैण छड़े अग लगे संसार नू। उठिया एक बापू ओहदा धौला दिया दाड़ा, कहिंदा छेती करो ओ कंध मोह वाली तोड़ दो, बनू जग दा तमाशा ते छेती छेती तोड़ दो। इक्के घर नानी ते दादा इक्के घर बनूगा, गरकिया जमाना ओह सोने रब भी की करूगा। गुरु के सिखो इथों तक जदों मनुख चलिया जांदा जे ओदी अरदास परमात्मा दे कर तो पिछे रह जांदी है। सिर दा चीर उतार खलोवां थीवी नंगी विच बजारां, पेके सौरे मिले ना ढोई हासा करन गवारां। ते अगो ललारी ने की आखिया, हस के कहा ललारी ने अगो, कुछ वस ना मेरे मट्टी विच पा मैं की रंगा जे चीर रहा सिर तेरे। यही साडी हालत है। उस ललारी ने आख्या जिन्ना चिर कपड़ा मट्टी च नहीं जाता उन्ना चिर रंग नहीं चढ़ेगा। मन रूपी कपड़े नू परमात्मा दे कर तुहानू देना पवेगा। अज दे लो कल दे लो, फिर इहदे ते जदों नाम दा रंग चढ़ेगा ते फिर तुहानू पता लगेगा जिहड़े कम असी करदे आ इह कम करन वाले नहीं। इक नाम है जिहड़ा अकल दा बूटा तुहाडे अंदर लावेगा। सत नाम वाहे गुरु, सतनाम वाहे गुरु, सतनाम वाहे गुरु, सतनाम वाहे गुरु। सत नाम वाहे गुरु, सत नाम वाहे गुरु, जिन्हां दे अंदरों नाम प्रगट हुंदा है तत बेतिया नूं पता लग जांदा आ मनुख बन जा रहा है। पुत्रा अग अंगीठी च बाल दिती जावे, अग चुल्हे च बाल दिती जावे, अग उतां नूं तां जांदी। इहदा मेन तुरा सूरज है पाणी धरती ते तां करके आउंदा। इहदा मेन तुरा धरती है, आत्मा दा मेन तुरा परमात्मा है। जिन्ना चिर तक आत्मा परमात्मा विच अपेद नहीं हुंदी उन्ना चिर गल नहीं बनेगी। बच्चे दे समझ आ गई। गुरु के सिखो बच्चे ने संत दी गल मनी, वर्तमान दा संत बन गया। ਉਹਦੀ ਰਸਨਾ ਤੋਂ ਹਰ ਇੱਕ ਬੋਲ ਪੂਰੇ ਹੁੰਦੇ ਸਨ ਜੋ ਗੁਰਬਾਣੀ ਕਹਿੰਦੀ ਹੈ। ਦੀਨ ਦੁਨੀਆਂ ਦੇ ਮਾਲਕ ਸਾਨੂੰ ਸਮਝਾਉਂਦੇ ਨੇ, ਉਹਨਾਂ ਰੱਬ ਦੇ ਪਿਆਰਿਆਂ ਦੀ ਬਾਣੀ ਜ਼ੋਰ ਵਾਲੀ ਹੋ ਜਾਂਦੀ ਹੈ, ਉਹਨਾਂ ਦਾ ਕਿਹਾ ਹੋਇਆ ਪੂਰਾ ਹੋ ਜਾਂਦਾ ਹੈ। ਗੁਰੂ ਕੇ ਸਿੱਖੋ ਕਾਰ ਸੇਵਾ ਵਾਲੇ ਮਹਾਤਮਾ ਜਦੋਂ ਬਾਬਾ ਗੁਰਮੁਖ ਸਿੰਘ ਜੀ ਚੜ੍ਹਾਈ ਕਰ ਗਏ, ਉਹਨਾਂ ਦੇ ਨਾਲ ਸੇਵਾਦਾਰ ਸਨ ਬਾਬਾ ਬਸਤਾ ਸਿੰਘ, ਵਿਰਾਗ ਵਿੱਚ ਚਲੇ ਗਏ। 12-12 ਘੰਟੇ ਚੌਂਕੜਾ ਵੱਜਣਾ, 12-12 ਘੰਟੇ ਜਿੱਧਰ ਨੂੰ ਮਰਜ਼ੀ ਵੇਖੀ ਜਾਣਾ, ਪੱਥਰ ਦਾ ਬੁੱਤ ਬਣ ਗਏ, ਪੱਥਰ ਦਾ ਬੁੱਤ। ਕਹਿੰਦੇ ਨੇ ਸੰਗਤ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸੰਤ ਜੀ ਸੰਤ ਤਾਂ ਚਲੇ ਗਏ ਨੇ, ਜੇ ਤੁਸੀਂ ਵੀ ਪੱਥਰ ਦਾ ਬੁੱਤ ਬਣ ਗਏ, ਤੁਸੀਂ ਵੀ ਸਾਡੀਆਂ ਗੱਲਾਂ ਦਾ ਜਵਾਬ ਨਾ ਦਿੱਤਾ, ਫਿਰ ਅਸੀਂ ਕਿੱਧਰ ਨੂੰ ਜਾਵਾਂਗੇ। ਕਹਿੰਦੇ ਨੇ ਮਖੂ ਤੋਂ ਸੰਗਤ ਆਈ ਤੇ ਇੱਕ ਜਥੇਦਾਰ ਨੇ ਉੱਠ ਕੇ ਬਾਬੇ ਬਸਤਾ ਸਿੰਘ ਨੂੰ ਆਖਿਆ, ਬਾਬਾ ਜੀ ਜੇ ਬੇਨਤੀ ਕਰਾਂ ਤੁਸੀਂ ਕਿਰਪਾ ਕਰਕੇ ਸਾਨੂੰ ਛੱਡ ਆਓਗੇ? ਜਿਹੜੇ ਡਰਾਈਵਰ ਨੇ ਗੱਡੀ ਛੱਡਣ ਵਾਸਤੇ ਜਾਣਾ ਸੀ
ਉਹਨੂੰ ਕੋਈ ਕੰਮ ਪੈ ਗਿਆ। ਸਾਡੀ ਬੇਨਤੀ ਹੈ, ਸੰਗਤ ਕਹਿੰਦੀ ਜਾਣਾ ਹੈ, ਬਾਬੇ ਬਸਤਾ ਸਿੰਘ ਨੇ ਆਖਿਆ ਮੈਂ ਤੁਹਾਨੂੰ ਛੱਡ ਕੇ ਆਵਾਂਗਾ। ਗੱਡੀ ਵਿੱਚ ਬਹਿ ਗਏ, ਐਸ ਗੱਡੀ ਨਸ਼ਹਿਰੇ ਪੰਨੂਆਂ ਦੇ ਲਾਗੇ ਆ ਕਰਕੇ ਜਥੇਦਾਰ ਨੇ ਬੇਨਤੀ ਕੀਤੀ, ਸੰਤ ਜੀ ਸੰਗਤ ਦੀ ਮੰਗ ਹੈ, ਜੇ ਤੁਹਾਡਾ ਹੁਕਮ ਹੋਵੇ ਤਾਂ ਬਾਬਾ ਤਾਰਾ ਸਿੰਘ ਜੀ ਸਿਰਿਆਲੀ ਸਾਹਿਬ ਬਿਰਾਜਮਾਨ ਨੇ ਸੰਗਤ ਕਹਿੰਦੀ ਦਰਸ਼ਨ ਕਰਕੇ ਜਾਣਾ, ਚਲੇ ਚੱਲੀਏ। ਬਾਬੇ ਬਸਤਾ ਸਿੰਘ ਨੇ ਗੱਡੀ ਸਿਰਿਆਲੀ ਨਗਰ ਨੂੰ ਮੋੜ ਲਈ, ਸੰਤਾਂ ਦੇ ਦਰਸ਼ਨ ਕਰਨ ਵਾਸਤੇ ਚੱਲੇ। ਜਥੇਦਾਰ ਨੇ ਆਖਿਆ ਬਾਬਾ ਜੀ ਨਹੀਂ ਜਾਣਾ। ਬਾਬੇ ਬਸਤਾ ਸਿੰਘ ਨੇ ਆਖਿਆ ਮੈਂ ਬਾਬੇ ਗੁਰਮੁਖ ਸਿੰਘ ਨੂੰ ਜਾਣਦਾ ਸਾਂ, ਜਦੋਂ ਦਾ ਸੰਸਾਰ ਤੋਂ ਚਲੇ ਗਏ ਨੇ ਮੈਨੂੰ ਕੁਝ ਚੰਗਾ ਨਹੀਂ ਲੱਗਦਾ, ਮੇਰੀ ਬੇਨਤੀ ਤੁਸੀਂ ਦਰਸ਼ਨ ਕਰਕੇ ਆ ਜਾਓ, ਮੈਂ ਗੱਡੀ ਵਿੱਚ ਬਵਾਂਗਾ। ਗੱਲ ਕੀਤੀ ਜਥੇਦਾਰ ਦੇ ਨਾਲ, ਸੰਗਤ ਕਈ ਸੰਤਾਂ ਦੇ ਕੋਲ ਪਲੰਘੇ 'ਤੇ ਬੈਠਾ ਤੱਤ ਬੇਤਾ ਬੰਦਗੀ ਵਾਲਾ ਮੋਢੇ 'ਤੇ ਹੱਥ ਰੱਖ ਕੇ ਕਹਿੰਦੇ ਜਥੇਦਾਰਾ ਬਸਤਾ ਸਿੰਘ ਨਹੀਂ ਆਇਆ, ਜਾ ਉਹਨੂੰ ਗੱਡੀ 'ਚ ਜਾ ਕੇ ਕਹਿ ਉਤਰ ਕੇ ਆ, ਜਿਵੇਂ ਕਵੇਂਗਾ ਉਵੇਂ ਕਰ ਲਾਂਗੇ। ਇਹ ਕਿਹੜੀ ਅਵਸਥਾ ਹੈ ਵੀ ਗੱਲ ਦੱਸੀ ਨਾ ਜਾਵੇ, ਜਾਂ ਲੈ ਕੇ ਆ ਜਿਵੇਂ ਕਵੇਂਗਾ ਉਵੇਂ ਕਰ ਲਾਂਗੇ। ਜਦੋਂ ਇੰਨੀ ਗੱਲ ਜਥੇਦਾਰ ਨੇ ਆਖੀ, ਇੱਕੇ ਦਮ ਗੱਡੀ ਵਿੱਚੋਂ ਛਾਲ ਮਾਰੀ, ਪਲੰਘੇ ਦੇ ਲਾਗੇ ਗਿਆ ਤੇ ਜਾਂਦਿਆਂ ਨੂੰ ਕੀ ਵੇਖਿਆ, ਪਲੰਘੇ ਤੇ ਬਾਬਾ ਗੁਰਮੁਖ ਸਿੰਘ ਚੌਂਕੜਾ ਮਾਰ ਕੇ ਬੈਠਾ। ਢਾਈ ਘੰਟੇ ਬਾਬਾ ਗੁਰਮੁਖ ਸਿੰਘ ਨੇ ਨਾਮ ਜਪਾਇਆ ਸੰਗਤ ਨੂੰ, ਢਾਈ ਘੰਟੇ, ਢਾਈਆਂ ਘੰਟਿਆਂ ਬਾਅਦ ਸੰਗਤ ਨੇ ਹੱਥ ਜੋੜ ਕੇ ਆਖਿਆ ਬਾਬਾ ਜੀ ਖੁਸ਼ੇ ਨੇ, ਸੰਗਤ ਨੂੰ ਬਾਬਾ ਤਾਰਾ ਸਿੰਘ ਦਿਖਦੇ ਨੇ ਤੇ ਗੁਰੂ ਕੇ ਸਿੱਖੋ ਬਾਬੇ ਬਸਤਾ ਸਿੰਘ ਨੂੰ ਬਾਬਾ ਗੁਰਮੁਖ ਸਿੰਘ ਦਿਖਦਾ ਹੈ। ਹੱਥ ਜੋੜ ਕੇ ਬਾਬੇ ਬਸਤਾ ਸਿੰਘ ਨੇ ਬਾਬੇ ਗੁਰਮੁਖ ਸਿੰਘ ਨੂੰ ਆਖਿਆ ਬਾਬਾ ਮੈਂ ਭੁੱਲ ਗਿਆ, ਮੈਨੂੰ ਨਹੀਂ ਪਤਾ ਇਸ ਸੰਸਾਰ ਵਿੱਚ ਜਦੋਂ ਤੱਤ ਬੇਤੇ ਆਉਂਦੇ ਨੇ, ਬੰਦਗੀ ਵਾਲੇ ਆਉਂਦੇ ਨੇ, ਉਹਨਾਂ ਦੀ ਆਤਮਾ ਪਰਮਾਤਮਾ ਨਾਲ ਇੱਕ ਹੋਈ ਹੁੰਦੀ ਹੈ, ਮੇਰੇ 'ਤੇ ਕਿਰਪਾ ਕਰ, ਹੁਣ ਕਿਰਪਾ ਕਰ ਮੈਨੂੰ ਬਾਬਾ ਤਾਰਾ ਸਿੰਘ ਦੇ ਦਰਸ਼ਨ ਕਰਾ। ਬਾਬੇ ਗੁਰਮੁਖ ਸਿੰਘ ਨੇ ਮੋਢੇ 'ਤੇ ਹੱਥ ਰੱਖ ਕੇ ਆਖਿਆ ਬਸਤਿਆ ਸਿਆ ਨੇਤਰ ਬੰਦ ਕਰ, ਨੇਤਰ ਬੰਦ ਕਰਕੇ ਖੋਲ੍ਹੇ, ਪਲੰਘੇ 'ਤੇ ਬਾਬਾ ਤਾਰਾ ਸਿੰਘ ਦੇ ਦਰਸ਼ਨ ਕਰ ਲਏ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੋਇਆ ਕਰਦੀ ਹੈ, ਮਨ ਵਿੱਚ ਇਹ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। 12-12 ਸਾਲ ਰਹੀਏ ਸਾਧੂਆਂ ਦੀ ਟੋਲੀ, ਫਿਰ ਜਾ ਕੇ ਆਉਂਦੀ ਕਿਤੇ ਸੰਤਾਂ ਦੀ ਬੋਲੀ, ਐਵੇਂ ਨਹੀਂ ਆ ਜਾਂਦੀ। ਵਿਆਸ ਰਿਸ਼ੀ ਦੀ ਘਰਵਾਲੀ ਪੇਟੋਂ ਹੈ, ਕਹਿੰਦੇ 12 ਸਾਲ ਪੇਟ ਵਿੱਚ ਰਿਹਾ ਸੁਖਦੇਵ ਮੁਨੀ, 12 ਸਾਲ 12 ਸਾਲਾਂ ਬਾਅਦ ਇੱਕ ਤੀਵੀਂ ਦੇ ਗਰਭ ਦਾ ਦੁੱਖ, ਜਾਂ ਤਾਂ ਤੀਵੀਂ ਚੱਲ ਸਕਦੀ ਹੈ, ਧਰਮ ਗ੍ਰੰਥ ਕਹਿੰਦੇ ਏਡਾ ਵੱਡਾ ਦੁੱਖ ਹੈ, ਜੰਮਣ ਤੇ ਮਰਨ ਦੇ ਗੇੜੇ ਇੱਕ ਪਾਸੇ ਕਰ ਦਿੱਤੇ ਜਾਣ ਤੇ ਤੀਵੀਂ ਨੂੰ ਪਿਆਰ ਨਾ ਪੁੱਛ ਲਿਆ ਜਾਵੇ, ਧੀਏ ਕਿੰਨਾ ਕੁ ਦੁੱਖ ਹੈ। ਹੱਥ ਜੋੜ ਕੇ ਆਖੇਗੀ ਬਾਬਾ ਜਾਂ ਤਾਂ ਇਹਦੇ ਨਾਲੋਂ ਮੌਤ ਹੋ ਜਾਏ ਤੇ ਜਾਂ ਪਰਮਾਤਮਾ ਕੋ ਕਿਰਪਾ ਕਰ ਦੇਵੇ, ਕਿੱਡਾ ਕੁ ਦੁੱਖ ਹੋਵੇਗਾ। 12 ਸਾਲ ਗਰਭ ਦਾ ਦੁੱਖ ਚੁੱਕਣਾ, 12 ਸਾਲਾਂ ਬਾਅਦ ਮਾਂ ਦੀ ਪੁਕਾਰ ਰੱਬ ਦੇ ਗਾੜੀ ਚਲੀ ਗਈ, ਪਰਮਾਤਮਾ ਦਾ ਕੁੰਡਾ ਖੁੱਲਿਆ, ਮਾਂ ਕੀ ਹੈ, ਹੱਥ ਜੋੜੇ ਮਹਾਰਾਜ ਤੁਹਾਡਾ ਵਿਧੀ ਵਿਧਾਨ ਤੇ ਨਿਯਮ ਤਾਂ 9 ਮਹੀਨੇ ਦਾ ਚੌਂਕੜਾ ਕਹਿੰਦਾ ਹੈ, 12 ਸਾਲ ਹੋ ਗਏ ਨੇ ਪੇਟ ਵਾਲਾ ਪੁੱਤਰ ਬਾਹਰ ਨਹੀਂ ਆ ਰਿਹਾ, ਤੇ ਕਹਿੰਦੇ ਪਰਮਾਤਮਾ ਨੇ ਸੁਖਦੇਵ ਨੂੰ ਆਖਿਆ ਸੁਖਦੇਵ ਬਾਹਰ ਚਲਿਆ ਜਾ, ਜਾ ਮਾਂ ਦੀ ਅਰਦਾਸ ਸਾਡੇ ਕੋਲ ਆਈ ਹੈ ਗਾੜੀਓ। ਸੁਖਦੇਵ ਨੇ ਆਖਿਆ ਬਾਬਾ ਜੇ ਮੈਂ ਬਾਹਰ ਚਲਿਆ ਗਿਆ ਮੇਰੇ 'ਤੇ ਮਾਇਆ ਤਾਵੀ ਹੋ ਜਾਏਗੀ, ਮੇਰੇ 'ਤੇ ਮਾਇਆ ਅਸਰ ਕਰੇਗੀ। ਪਰਮਾਤਮਾ ਨੇ ਆਖਿਆ ਜਾ ਸੁਖਦੇਵ ਤੇਰੇ ਨਾਲ ਸਾਡਾ ਵਾਅਦਾ ਰਿਹਾ, ਕਾਕਾ ਜਦੋਂ ਤੇਰਾ ਜਨਮ ਹੋਵੇਗਾ ਤੈਨੂੰ ਮਾਇਆ ਨਹੀਂ ਵਿਆਪੇਗੀ। ਕਹਿੰਦੇ ਜਦੋਂ ਬਾਬੇ ਸੁਖਦੇਵ ਦਾ ਜਨਮ ਹੋਇਆ, ਹੁਣ ਪਰਮਾਤਮਾ ਕੀ ਹੈ, ਇਹ ਥੋੜ੍ਹੀ ਹੈ ਵੀ ਪਰਮਾਤਮਾ ਦਾ ਇਹਦੇ ਨਾਲ ਯਾਰੀ ਹੈ ਮੇਰੇ ਨਾਲ ਵੈਰ ਹੈ। ਜਦੋਂ ਪਰਮਾਤਮਾ ਕਿਰਪਾ ਕਰਦਾ ਕੁੱਲ ਕਾਇਨਾਤ 'ਤੇ ਕਰਦਾ ਹੈ, ਜਦੋਂ ਮਾਇਆ ਦਾ ਚੱਕਰ ਚੁੱਕਿਆ, ਕੁੱਲ ਕਾਇਨਾਤ ਤੋਂ ਚੱਕਰ ਚੁੱਕਿਆ ਗਿਆ, 108 ਧਰਮ ਗ੍ਰੰਥ ਨੇ ਭਾਰਤ ਦੇਸ਼ 'ਤੇ ਸਭਿਅਤਾ ਦਾ ਦੇਸ਼ ਹੋਣ ਕਰਕੇ ਕਹਿੰਦੇ ਭਾਰਤ ਦੇਸ਼ ਵਿੱਚ 84 ਬੱਚਿਆਂ ਦਾ ਜਨਮ ਹੋਇਆ ਬਾਬੇ ਸੁਖਦੇਵ ਦੇ ਨਾਲ, 84 ਬੱਚਿਆਂ ਦਾ, ਉਹ 84 ਸਿੱਧ ਬਣ ਗਏ ਤਾਂ ਬਣੇ, ਉਹਨਾਂ 'ਤੇ ਮਾਇਆ ਨੇ ਅਸਰ ਨਹੀਂ ਕੀਤਾ। ਇਹ ਮਾਇਆ ਹੈ ਹੀ, ਚੰਦਰੀ ਪੱਗ ਨੂੰ ਲੱਗ ਜਾਏ ਤੇ ਉਹਨੂੰ ਅਕੜਾ ਕੇ ਰੱਖ ਦਿੰਦੀ ਹੈ, ਮਾਇਆ ਨੇ ਅਸਰ ਨਾ ਕਰਨ ਕਰਕੇ ਸੁਖਦੇਵ ਦਾ ਜਨਮ ਹੋਇਆ। ਜਮ ਦਾ ਬ੍ਰਹਮ ਗਿਆਨੀ ਜਿਹਦੇ ਕੋਲ ਚੱਲਿਆ ਜਾਵੇ ਚਾਰ ਗਿਆਨ ਦੀਆਂ ਗੱਲਾਂ ਕਰਕੇ ਤੇ ਉਹਨੂੰ ਹੀਣਿਆ ਕਰ ਦਿੰਦਾ ਹੈ। ਬੜਾ ਦੁਖੀ ਹੈ ਪਿਓ ਸੁਖਦੇਵ ਵੀ ਜੇ ਕਿਤੇ ਇਹਨੂੰ ਗੁਰਦਰਸ਼ਨਾ ਦਾ ਦਿੱਤੀ, ਗੁਰੂ ਧਾਰਨ ਨਾ ਕੀਤਾ। ਗੁਰਕੁਲ ਦੇ ਬੱਚੇ ਕਿਹਾ ਕਰਦੇ ਜਿਹੜਾ ਬੰਦਾ ਗੁਰੂ ਤੋਂ ਵਾਂਝਾ ਮਰ ਜਾਂਦਾ ਉਹ ਨਥਾਵਾਂ ਚਲਿਆ ਜਾਂਦਾ, ਇਹਨੂੰ ਗੁਰੂ ਧਾਰਨ ਕਰਨਾ ਚਾਹੀਦਾ। ਪਰ ਸਿਰ ਦਰਦੀ ਇਹ ਹੈ ਜਿਹਦੇ ਕੋਲ ਛੱਡ ਕੇ ਆਉਂਦਾ ਹੈ, ਇਹ ਬ੍ਰਹਮ ਗਿਆਨ ਦੀਆਂ ਗੱਲਾਂ ਕਰਦਾ ਹੈ। ਵੱਡਿਆਂ ਵੱਡਿਆਂ ਦੀ ਨੀਵੀਂ ਪੈ ਜਾਂਦੀ ਹੈ,
ਕਿਸੇ ਰੱਬ ਦੇ ਪਿਆਰਿਆਂ ਨੇ ਆਖਿਆ ਇਹਨੂੰ ਇਦਾਂ ਕਰ ਰਾਜੇ ਜਨਕ ਦੇ ਦਰਬਾਰ ਵਿੱਚ ਛੱਡ ਕੇ ਆ। ਰਾਜਾ ਜਨਕ ਧਰਮੀ ਵੀ ਹੈ, ਗ੍ਰਿਸਤੀ ਵੀ ਹੈ, ਰੱਬ ਦੇ ਪਿਆਰ ਵਾਲਾ ਵੀ ਤੇ ਰਾਜ ਭਾਗ ਵੀ ਚਲਾਉਂਦਾ। ਬਦਕਿਸਮਤੀ ਜਦੋਂ ਰਾਜੇ ਬੇਈਮਾਨ ਹੋ ਜਾਣ, ਪ੍ਰਜਾ ਨਸ਼ੇ ਤੇ ਚੋਰੀ ਤੇ ਉਤਰ ਆਉਂਦੀ ਹੈ। ਰਾਜੇ ਜਨਕ ਦਾ ਦਰਬਾਰ ਚੰਗਾ ਸੀ। ਰਾਜੇ ਜਨਕ ਨੇ ਜਦੋਂ ਵੇਖਿਆ ਸੁਖਦੇਵ ਆ ਰਿਹਾ, ਇੱਕ ਲੱਤ ਤੇਲ ਦੇ ਮੱਚ ਦੇ ਕੜਾਹੇ ਵਿੱਚ ਰੱਖ ਦਿੱਤੀ, ਇੱਕ ਨੂੰ ਚੰਨਣ ਦੀ ਲੇਪ ਕਰਦੀਆਂ ਰਾਣੀਆਂ। ਸੁਖਦੇਵ ਕੋਲ ਆਇਆ, ਜਦੋਂ ਕੋਲ ਆਉਣ ਲੱਗਾ ਇਹਨੇ ਆਪਣੀਆਂ ਖੜਾਵਾਂ, ਇਹਨੇ ਆਪਣਾ ਚਾਦਰਾ, ਇਹਨੇ ਖਸੀਆ ਜੀ ਦੇ ਤੇ ਹੱਥ ਰੱਖ ਕੇ ਬੰਦਗੀ ਕਰਦੇ ਨੇ। ਉਹ ਰਾਜੇ ਜਨਕ ਦੇ ਮਹਿਲਾਂ ਦੇ ਨਾਲ ਇੱਕ ਕੰਧ ਦੇ ਲਾਗੇ ਰੱਖ ਕੇ ਤੇ ਰਾਜੇ ਜਨਕ ਦੇ ਕੋਲ ਬਹਿ ਗਿਆ ਵੀ ਰਾਜਾ ਜਨਕ ਬੋਲੇਗਾ ਫਿਰ ਮੈਂ ਇਹਦੀ ਗੱਲ ਨੂੰ ਕੱਟਾਂਗਾ, ਰਾਜੇ ਜਨਕ ਨੂੰ ਹੀਣਾ ਕਰਕੇ ਇਹਦੇ ਦਰਬਾਰ 'ਚੋਂ ਚੱਲਿਆ ਜਾਵਾਂਗਾ। ਪਰ ਇਹਨੂੰ ਇਹ ਨਹੀਂ ਪਤਾ ਸ਼ੇਰ ਨੂੰ ਸਵਾ ਸ਼ੇਰ ਵੱਜ ਆਉਂਦਾ ਹੈ, ਭੱਲਾ ਨਹੀਂ ਜਿਹੜਾ ਭੱਲਾ ਕੈਸਟਾਂ ਕੱਢਦਾ ਹੈ। ਉਹ ਕਹਿੰਦਾ ਮੈਂ ਘਰਵਾਲੀ ਦੇ ਨਾਲ ਤੁਰਿਆ ਵਾਂ ਅਤੇ ਮੈਂ ਲਾਲ ਬੱਤੀ ਤੋਂ ਮੇਰੀ ਘਰ ਦੀ ਕਹਿੰਦੀ ਬਣ ਜਾ ਸ਼ੇਰ, ਮੈਂ ਕੱਢ ਦਿੱਤੀ ਵੱਜ ਗਿਆ। ਲਾਲ ਬੱਤੀ ਹੋਈ ਅਤੇ ਗੱਡੀ ਫਿਰ ਕੱਢ ਦਿੱਤੀ, ਫਿਰ ਵੱਜ ਗਿਆ। ਅੱਗੇ ਬੱਤੀ ਸੀ ਹਰੀ, ਜਾਣ ਦਾ ਨਿਸ਼ਾਨ ਵੀ ਤੁਸੀਂ ਜਾ ਸਕਦੇ ਹੋ। ਮੁੜ ਕੇ ਗੱਡੀ ਦਾ ਐਕਸੀਡੈਂਟ ਹੋ ਗਿਆ। ਹੁਣ ਘਰਵਾਲੀ ਪੁੱਛਦੀ ਵੀ ਜਿੱਥੋਂ ਨਹੀਂ ਸੀ ਕੱਢਣੀ ਉੱਥੋਂ ਦੋ ਵੇਰਾਂ ਕੱਢ ਦਿੱਤੀ ਅਤੇ ਵੱਜ ਗਿਆ, ਜਿੱਥੋਂ ਕੱਢਣੀ ਸੀ ਉੱਥੇ ਐਕਸੀਡੈਂਟ ਹੋ ਗਿਆ। ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਕੋਈ ਗਾੜੀਓਂ ਸ਼ੇਰ ਬਣਿਆ ਤੁਰਿਆ ਆਉਂਦਾ ਸੀ। ਇਸ ਕਰਕੇ ਕੋਈ ਮਿਲ ਜਾਂਦਾ ਜਿਹੜਾ ਗਿਆਨ ਦਾ ਸਾਗਰ ਹੋਵੇ। ਜਦੋਂ ਇਹਨੇ ਵੇਖਿਆ ਮੇਰੇ ਤੁੱਲ ਕੋਈ ਨਹੀਂ ਹੈ, ਜਨਕ ਨੇ ਵੇਖਿਆ ਸੁਖਦੇਵ ਮੇਰੀ ਪਰਖ ਕਰਨ ਵਾਸਤੇ ਆਇਆ ਹੈ, ਆਪਣੇ ਵਜ਼ੀਰ ਨੂੰ ਆਵਾਜ਼ ਮਾਰੀ ਜਿੱਧਰਲੇ ਪਾਸੇ ਚਾਦਰਾ ਲੋਟਾ ਇਹਦਾ ਖਸੀਆ ਅਤੇ ਇਹਦੀਆਂ ਖੜਾਵਾਂ ਪਈਆਂ, ਇਹਨਾਂ ਨੂੰ ਕੁਝ ਨਾ ਆਖੀ, ਆਪਣੇ ਮਹਿਲਾਂ ਨੂੰ ਅੱਗ ਲਾ ਦਿਓ। ਉਹਨਾਂ ਮਹਿਲਾਂ ਨੂੰ ਅੱਗ ਲਾ ਦਿੱਤੀ। ਹੁਣ ਸੁਖਦੇਵ ਉੱਠ ਉੱਠ ਕੇ ਵੇਖਦਾ ਮਹਿਲਾਂ ਦੀਆਂ ਚਾਦਰਾਂ ਸੜੀ ਤੁਰੀਆਂ ਜਾਂਦੀਆਂ ਨੇ। ਜੇ ਅੱਗ ਚਾਦਰੇ ਵੱਲ ਨੂੰ ਆ ਗਈ, ਖੜਾਵਾਂ ਵੱਲ ਨੂੰ ਆ ਗਈ, ਖਸੀਏ ਵੱਲ ਨੂੰ ਆ ਗਈ ਤਾਂ ਮੇਰਾ ਸਾਰਾ ਕੁਝ ਨਾਸ ਹੋ ਜਾਏਗਾ। ਰਾਜੇ ਜਨਕ ਨੇ ਦਬਕਾ ਮਾਰਿਆ, ਸੁਖਦੇਵ ਕੀ ਗੱਲ ਟਿਕਦਾ ਨਹੀਂ ਹੋਏ? ਉਹਨੇ ਆਖਿਆ ਮਹਾਰਾਜ ਅੱਗ ਲੱਗੀ ਹੈ, ਜਿੱਧਰ ਅੱਗ ਲੱਗੀ ਉੱਧਰ ਮੇਰੀ ਚਾਦਰ ਪਈ ਹੈ। ਖਿੱਚ ਕੇ ਰਾਜੇ ਜਨਕ ਨੇ ਆਖਿਆ ਸੁਖਦੇਵ ਅੱਗ ਲੱਗੀ ਤੇਰੀ ਚਾਦਰ ਨੂੰ, ਜਿਨ੍ਹਾਂ ਦੇ ਮਹਿਲਾਂ ਨੂੰ ਲੱਗੀ ਉਹ ਵੀ ਤਾਂ ਚੁੱਪ ਕਰਕੇ ਬੈਠੇ ਨੇ। ਨੀਵੀਂ ਪੈ ਗਈ ਰਾਜੇ ਉਸ ਸੁਖਦੇਵ ਦੀ, ਹੁਣ ਕੀ ਬਣੇਗਾ? ਪਿਓ ਦੇ ਕੋਲ ਚੱਲਿਆ ਗਿਆ, ਪਿਤਾ ਜੀ ਗੱਲ ਤਾਂ ਗਈ ਹੈ ਬਣ, ਗਿਆਨ ਦਾ ਗੁਰੂ ਤਾਂ ਮਿਲ ਗਿਆ ਬਹੁਤ ਵੱਡਾ, ਪਰ ਉਹਨੇ ਨਾ ਕਰ ਦਿੱਤੀ, ਕਹਿੰਦਾ ਮੈਂ ਨਹੀਂ ਰੱਖਾਂਗਾ। ਹੁਣ ਵਿਆਸ ਰਿਸ਼ੀ ਨੇ ਆਖਿਆ ਵੀ ਪੁੱਤਰ ਨੂੰ ਗੁਰਦਸ਼ਨਾ ਤਾਂ ਦੇਣੀ ਪਵੇਗੀ। ਬੜਾ ਤਰਲਾ ਰਾਜੇ ਜਨਕ ਦਾ ਕੀਤਾ, ਕਹਿਣ ਲੱਗੇ ਵਿਆਸ ਜਾ ਲੈ ਜਾਓ, ਇਹਨੂੰ ਸਾਨੂੰ ਨਹੀਂ ਚਾਹੀਦਾ, ਏਡਾ ਆਕੜਖਣ ਬੱਚਾ ਅਸੀਂ ਨਹੀਂ ਰੱਖਣਾ, ਜਾਂ ਤਾਂ ਨਿਮਰਤਾ ਹੋਵੇ ਤਾਂ ਰੱਖ ਲਾਂਗੇ, ਨਹੀਂ ਤਾਂ ਜਾ ਲੈ ਜਾ, ਇਹਨੂੰ ਕਹਿ ਜਿੱਥੇ ਮਰਜ਼ੀ ਤੁਰਿਆ ਫਿਰ। ਹੱਥ ਜੋੜੇ ਵਿਆਸ ਵਰਗੇ ਮਹਾਤਮਾ ਨੇ, ਬਾਬਾ ਨਾ ਕਰ, ਕਰ ਕਿਰਪਾ, ਲੈਣ 'ਚ ਲਾ ਲਾ, ਜਦੋਂ ਵਾਰੀ ਆਵੇਗੀ ਵੇਖੀ ਜਾਵੇਗੀ। ਕਹਿੰਦੇ ਲੈਣ ਵਿੱਚ ਲਾ ਦਿੱਤਾ। ਪੁੱਛਿਆ ਸੁਖਦੇਵ ਨੇ ਬਾਪੂ ਕੀ ਕਰਾਂ? ਉਹਨੇ ਆਖਿਆ ਪੁੱਤਰਾ ਰਾਜਾ ਜਨਕ ਜਿੱਥੇ ਲੰਗਰ ਕਰ ਕਰਕੇ ਜੂਠੀਆਂ ਪਤਲਾਂ ਸੁੱਟਦਾ ਹੈ, ਉੱਧਰਲੇ ਪਾਸੇ ਚੱਲਿਆ ਜਾ, ਅੱਜ ਨਹੀਂ ਤੇ ਕੱਲ੍ਹ ਵਾਰੀ ਆ ਜਾਏਗੀ। ਵਾਰੀ ਕਦੋਂ ਆਵੀ? ਬਦਕਿਸਮਤੀ ਬੱਚਾ ਇੱਕ ਸਾਲ ਨਹੀਂ, 13 ਮੌਲੀਆਂ ਗੁੱਟ 'ਤੇ ਬੰਨੀ ਫਿਰਦਾ, 13 ਮੌਲੀਆਂ ਗੁੱਟ 'ਤੇ ਗੁੱਗਿਆਂ ਦੇ ਦਹੀਂ ਪਾਉਣ ਚੱਲਿਆ ਗਿਆ, ਵੀਰਵਾਰ ਬੁਝੇ ਦੀਵੇ ਜਗਾਉਣ ਚੱਲਿਆ ਗਿਆ, ਅਸੀਂ ਸਾਰਾ ਟੱਬਰ ਸਰਹੰਦ ਗਏ, ਸਾਡੇ ਛੋਟੇ ਅਤੇ ਵੱਡਿਆਂ ਨੂੰ ਨੀਹਾਂ ਵਿੱਚ ਚਿਣ ਕਰਕੇ ਸ਼ਹੀਦ ਕਰ ਦਿੱਤਾ ਗਿਆ। ਜਦੋਂ ਘਰ ਆ ਕੇ ਕੁੰਡਾ ਖੋਲ੍ਹਿਆ, ਸਾਡੇ ਘਰ ਪਰਚੇ ਪਏ ਨੇ ਨਵੇਂ ਸਾਲ ਦੇ, ਤੁਹਾਨੂੰ ਵਧਾਈਆਂ ਹੋਣ। ਸਾਨੂੰ ਕਾਹਦੀਆਂ ਵਧਾਈਆਂ? ਜ਼ਾਲਮ ਸਰਕਾਰਾਂ ਨੇ ਸਾਡੇ ਦੁੱਧ ਪੀਂਦੇ ਬੱਚਿਆਂ ਨੂੰ ਕੋਹ ਕੋਹ ਕੇ ਮਾਰ ਦਿੱਤਾ, ਉਹ ਤੁਸੀਂ ਸਾਨੂੰ ਵਧਾਈਆਂ ਦਿੰਦੇ ਹੋ? ਸਾਡਾ ਕਾਹਦਾ ਨਵਾਂ ਸਾਲ? ਸਾਡੀ ਕਾਹਦੀ ਦੀਵਾਲੀ? ਗੁਰੂ ਕੇ ਸਿੱਖੋ, ਜਦੋਂ ਤੁਹਾਡੇ ਅੰਦਰ ਦਰਦ ਪੈਦਾ ਹੋ ਜਾਏਗਾ ਉਦੋਂ ਤੁਹਾਡੀ ਗੱਲ ਬਣ ਜਾਏਗੀ। ਕਹਿੰਦੇ ਸੁਖਦੇਵ ਪਿੱਛੇ ਚੱਲਿਆ ਗਿਆ, ਜੂਠੀਆਂ ਪਤਲਾਂ ਡਿੱਗਦੀਆਂ ਨੇ। ਇੱਕ ਸਾਲ ਨਹੀਂ, ਬੁਝੇ ਦੀਵੇ ਜਗਾਉਣ ਨਹੀਂ ਗਿਆ, 12 ਸਾਲ ਖਲੋਤਾ ਰਿਹਾ, 12 ਸਾਲ, 12 ਸਾਲ ਜੂਠੀਆਂ ਪਤਲਾਂ ਪਈਆਂ, ਪਤਲਾਂ ਦੇ ਵਿੱਚ ਨੱਪੇ ਜਾਣਾ, ਮੁੜ ਕੇ ਜ਼ੋਰ ਲਾ ਕੇ ਫਿਰ ਪਤਲਾਂ 'ਤੇ ਬਹਿ ਜਾਣਾ। 12 ਸਾਲਾਂ ਬਾਅਦ ਕਹਿੰਦੇ ਰਾਜਾ ਜਨਕ ਲੰਗਰ ਛੱਕ ਕਰਕੇ ਜੂਠੀ ਪਤਲ ਸੁੱਟਣ ਵਾਸਤੇ ਆਇਆ ਸੀ। ਇੰਨੇ ਚਿਰ ਨੂੰ ਪਤਲਾਂ ਦਾ ਢੇਰ ਏਡਾ ਵੱਡਾ ਲੱਗ ਗਿਆ, ਪਤਲਾਂ ਦਾ ਢੇਰ ਰਾਜੇ ਜਨਕ ਦੀ ਬਰਾਬਰ ਚੱਲਿਆ ਗਿਆ। ਕਹਿੰਦੇ ਚੌਂਕੜਾ ਮਾਰ ਕੇ ਸੁਖਦੇਵ ਬੈਠਾ ਸੀ, ਵੇਖਿਆ ਇਹ ਆਇਆ ਕਿੱਧਰ ਦੀ, ਪਤਾ ਲੱਗਾ 12 ਸਾਲ ਬੈਠਾ ਰਿਹਾ ਹੈ, ਜੂਠਣ ਜੂਠ ਪਰੀ ਸਿਰ ਉੱਪਰ, ਇੱਕ ਰਤੀਆ ਮਨੂਆ ਨਾ ਡਲਾਵੋ ਗੋ, 12 ਸਾਲ ਬੈਠਾ ਰਿਹਾ ਤੇ ਮਨੂਏ ਨੂੰ ਡੋਲਣ ਨਹੀਂ ਦਿੱਤਾ, ਮਨੂਏ ਨੂੰ ਡੋਲਣ। ਗੁਰੂ ਕੇ ਸਿੱਖੋ, ਜੇ ਕਿਤੇ ਇਹ ਵਿਚਾਰਧਾਰਾ ਛੁੱਟ ਗਈ, ਇਹ ਸਾਡੇ ਕੋਲੋਂ ਧਿਆਨ ਛੁੱਟ ਗਿਆ, ਅੱਬ ਕੀ ਛੁਟਕੀ, ਠੌਰ ਨਾ ਠਾਓ, ਇਸ ਪੌੜੀ 'ਤੇ ਜੋ ਨਰ ਚੂਕੇ ਆਏ ਜਾਏ, ਦੁੱਖ ਪਾਏ ਦਾ ਮਨ ਮੁੱਖ ਆਵੇ,
मन मुख जावे, मन मुख फिर फिर चोटा खावे, जितने नरक से मन मुख पुगे, गुरमुख लेपना मासा है पाग। चंगे 12 साल बाद सुखदेव की वारी आ गई। राजे जनक ने गालना ला करके ज्ञान का सागर दे दिता, दीवे तो दीवा जगा दिता। उहदे चंगे भाग 12 साल बाद वारी तो आ गई। इत्थे तां 70 साल दे बाबे की वारी भी नहीं आउंदी। उतों दी गात्रा होटल दे विच, पैलेस दे विच, मूँह विच 2000 दा नोट पा के कंजरी नूं कहिंदा तूं खिच के विखा। ये कादी गल है, किड्डी क करतूत है। जिहदे घर तुसीं आए हो, सानूं संत जी पढ़ाउंदे सन, जे किते तुहाडा एक वेरा सिर बाबे नानक दी सरदल ते चुक गया, मथे दे करम बदले जांदे ने। शर्त ए है भांडा तुसीं मांज के आउणा है, शर्त ए है भांडा तुहानूं बनाउणा पैणा है, शर्त ए है लिखिया सारा कुछ जांदा है। गल तुहाडी बनेगी जंगल नूं लागी अग ते चुंझ परी पाणी दी, इक पंछी उड़दा है पाणी पा करके अग ते आ जांदा है, रुख ते बैठा है। साधु ने चेले नूं कढ़िया जां पंछी नूं आवाज मार के लिया, आया पंछी, बाबा की गल है, पहलां जल पा के आया जिथे अग लगी सी, मुड़ के संत दे कोल आ गया, बाबा की हुक्म है, तेरा चेला गया सी मैनूं सदन वास्ते। संतां ने आख्या मैं तेनू पुछदा तेनू पानी दी ते लगी, 4 दिन हो गए ने जंगल नूं अग लगी है, चुंझ पानी दी भरदा है, सुट के आ जाना है, भरदा है, सुट के आ जाना है। तेनू ते ने व्याकल कीता, काका जे कोट तेरे अंदर चलिया गया तेरी मौत होणों बाजेगी, जे उत्थे चलिया गया तेरे बुझाया अग बुझेगी, एडे वड्डे जंगल नूं अग लगी है तेरी कुट पानी नाल बुझेगी, जे पानी पीना तेरे वास्ते जीवन है, जे पानी सुट के आना फर्क कोई नहीं पैंदा, मैनू तू दस भी एडी मेहनत कदली करदा फिरदा है। अगो पंछी ने संत नूं आख्या, बाबा मैं तां करमा दा बद्धा आया है, करमा दा बद्धा आउण करके मैं अपना काम करदा है, मैनू पता है अग नहीं बुझनी, चुंझ पानी दी थोड़ी है, जंगल दी अग ज्यादी है, पर मैं तां करके मेहनत करदा, लेखा लाउण वाले दा भी जावेगा ते लेखा बुझाउण वाले दा भी जावेगा। जदों लाउण वाले दा जावेगा वह तां फस जाएगा, जदों बुझाउण वाले दा जावेगा, जे किते करमा करके मेरा नाम आ गया मेरी गल बन जाएगी, मैनू मनुखा जामा मिल जाएगा, मैं बंदगी करके अपने जीवन के सफर नूं नबेड़ लवांगा। एक पंछी तां अरदास करदा मालका मनुखा जामा दे, गुरु के सिखो जिन्हां नूं मिलिया उन्हां नूं कदर नहीं है। संत जी कहिंदे ने पहली गल तां अगल आउंदी नहीं, जदों आउंदी उदों उम्र मुक जांदी है। गुरु के सिखो यही बंदे दी बदकिस्मती है। अरदास करो मालका मन वासे आवे नानका, पूर्ण कृपा होए तुसीं तत बेतियां दे पावन पवित्र अस्थानां ते आए हो, देवत्यां दी तरह चौंकड़ियां मार करके बैठे हो, वड्डे पागां वाले हो। महापुरश बाबा कोला सिंह जी उन्हां वल्लों जिन्हां रावां थाणी तुसीं चल करके आए हो, उन्हां रावां नूं चुक चुक के सलामां, उन्हां रावां दी मिट्टी मथे नूं ला करके असीं अपने आप नूं तन करिए। जिन्हां रावां थाणी तुसीं चल करके आए हो, गुरु के सिखो एवें तिवें दीवान कल नूं भी चलणगे। सारे महापुरशां वल्लों बाबा शिंदर सिंह जी बैठे ने, बाबा ज्ञान सिंह जी बैठे ने, महापुरश बाबा गुरनाम सिंह जी तो यूपी तो आए ने, गुरु के सिखां नूं लै करके महान सेवा है, बंदगी वाले ने, वड्डे भागां वाले ने। गुरु के सिखो बाबा चंद जी ने, बाबा तेग सिंह जी आए ने, तुसी रब दियां प्यारियां सिख संगतां आए हो। गुरु के सिखो ये परमात्मा दा दर है, इत्थे केवल ते केवल वर्ज नाम दा करियो, गल्लां बातां दा संकोच करियो। कल दा ते परसों दा समां तुहाडे कोल है, 2-3 दिन तुहाडे कोल ने, उड करके शौ रूपी परमात्मा दे घर नूं वेख लो, फिर चले सौखे जाओगे। खंभ वकंदड़े जे लहां किन्ना सामी तोल, तन जड़ाई अपने लहां सो सज्जन टोल। महापुरशां वल्लों आईआं सिख संगतां दा धन्नवाद, कोटन कोट धन्नवाद गुरु ग्रंथ साहिब सच्चे पातशाह दा, तुहाडियां रब वर्गियां सिख संगतां दा। देहो सज्जन असी सड़ियां, ज्यों होवे साहिब स्यों मेल। वाहिगुरु जी का खालसा, वाहिगुरु जी की फतेह। बोले सोने हो।